ਸੋ ਅੰਮ੍ਰਿਤਸਰ ਦੀ ਦੀਵਾਲੀ ਬਾਰੇ ਤੁਹਾਡਾ ਕੀ ਕਹਿਣਾ? ਸਿੱਖ ਇਤਿਹਾਸ ਦੇ ਵਿਚ ਜੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਇਸ ਦਾ ਜਿਹੜਾ ਇਤਿਹਾਸ ਸੰਬੰਧ ਹੈ ਜੀ, ਉਹ ਜਦੋਂ ਸਤਿਗੁਰੂ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ 42 ਪਹਾੜੀ ਰਾਜਿਆਂ ਨੂੰ ਰਿਹਾ ਕਰਾਉਣ ਤੋਂ ਉਪਰੰਤ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਸਨ ਤਾਂ ਸਿੱਖ ਸੰਗਤਾਂ ਨੇ ਉਹਨਾਂ ਦੇ ਆਉਣ ਦੀ ਖੁਸ਼ੀ ਵਿਚ ਦੀਪਮਾਲਾ ਤੇ ਅਸਤਬਾਜੀ ਕੀਤੀ। ਉਸ ਸਮੇਂ ਤੋਂ ਪੁਰਾਤਨ ਰਵਾਇਤ ਦੇ ਅਨੁਸਾਰ ਅੱਜ ਤੱਕ ਇਹ ਬੰਦੀ ਛੋੜ ਦਾ ਦਿਵਸ, ਦੀਵਾਲੀ ਦਾ ਤਿਉਹਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਹੁਤ ਸ਼ਰਧਾ ਭਾਵਨਾ ਤੇ ਧੂਮਧਾਮ ਦੇ ਨਾਲ ਗੁਰਸਿੱਖ ਸੰਗਤਾਂ ਮਨਾ ਰਹੀਆਂ ਹਨ। ਜਿਸ ਤਰ੍ਹਾਂ ਕਿ ਆਪਾਂ ਸਾਰੇ ਹੀ ਦੇਖ ਰਹੇ ਹਾਂ, ਬਹੁਤ ਸਾਰੀਆਂ ਸਿੱਖ ਸੰਗਤਾਂ ਇੱਥੇ ਪਹੁੰਚੀਆਂ ਹਨ, ਸਤਿਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋ ਕਰਕੇ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕਰ ਰਹੀਆਂ ਹਨ ਜੀ। ਜੀ, ਤੇ ਅੱਜ ਦੇ ਇਸ ਪਾਵਨ ਮੌਕੇ ਦੇ ਉੱਤੇ ਤੁਸੀਂ ਸਿੱਖ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਸਤਿਗੁਰੂ ਸਾਹਿਬ ਜੀ ਨੇ ਸੰਸਾਰ ਦੇ ਜੀਵਾਂ ਦੀ ਗੁਲਾਮੀ ਨੂੰ ਕੱਟਣ ਵਾਸਤੇ ਜੋ ਕੌਮ ਦੇ ਵਿੱਚ ਸ਼ਸਤਰਵਾਦ ਧਾਰੀ ਹੋ ਕਰਕੇ ਸਤਿਗੁਰੂ ਸਾਹਿਬ ਜੀ ਨੇ ਜਿੱਥੇ ਜਾਗਰਤਾ ਪੈਦਾ ਕੀਤੀ, ਜਿੱਥੇ ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਲੋਕ ਘੋੜੇ ਉੱਪਰ ਕੋਈ ਚੜ੍ਹ ਨਹੀਂ ਸਕਦਾ ਸੀ, ਹਥਿਆਰ ਪਹਿਨ ਨਹੀਂ ਸਕਦਾ, ਕੋਈ ਰਾਜ ਭਾਗ ਦੇ ਉੱਪਰ ਬੈਠ ਨਹੀਂ ਸਕਦਾ, ਇਹਨਾਂ ਸਾਰੀ ਗੁਲਾਮੀ ਨੂੰ ਦੂਰ ਕਰਨ ਵਾਸਤੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਉਪਰਾਲਾ ਕੀਤਾ। ਸਤਿਗੁਰੂ ਸਾਹਿਬ ਜੀ ਨੇ ਉਸ ਉਪਰਾਲੇ ਦੇ ਅਕੋਰਡਿੰਗ ਅੱਜ ਦੇ ਸਮੇਂ ਵਿੱਚ ਜਿੱਥੇ ਅਸੀਂ ਅਸਤਬਾਜੀਆਂ ਦੇ ਰਾਹੀਂ ਦੀਵੇ ਬਾਲ ਕਰਕੇ ਦੀਵਾਲੀ ਦਾ ਤਿਉਹਾਰ ਮਨਾ ਰਹੇ ਹਾਂ, ਉੱਥੇ ਸਾਨੂੰ ਇਹ ਚਾਹੀਦਾ ਹੈ ਗੁਰੂ ਆਸ਼ੇ ਅਨੁਸਾਰ ਚੱਲ ਕੇ ਜੋ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ, ਜਿਵੇਂ ਸਮਾਜ ਦੇ ਅੰਦਰ ਕੁਰੀਤੀਆਂ ਹੋ ਰਹੀਆਂ, ਨਸ਼ੇ ਵਿਸ਼ੇ ਪ੍ਰਧਾਨ ਹਨ, ਇਹਨਾਂ ਤੋਂ ਬਚ ਕਰਕੇ ਗੁਰਸਿੱਖੀ ਆਸ਼ੇ ਅਨੁਸਾਰ ਗੁਰੂ ਆਸ਼ੇ ਅਨੁਸਾਰ ਚੱਲ ਕਰਕੇ ਆਪਣਾ ਜੀਵਨ ਬਤੀਤ ਕਰੀਏ, ਜਿਸ ਕਰਕੇ ਸਾਡੇ ਵੱਲੋਂ ਮਨਾਏ ਹੋਏ ਇਹ ਤਿਉਹਾਰ। ਬਿਲਕੁਲ ਜੀ, ਦੀਵਾਲੀ ਦੇ ਇਸ ਮੌਕੇ ਦੇ ਉੱਤੇ ਅਸ਼ਟਬਾਜੀ ਦਾ ਨਜ਼ਾਰਾ ਚੱਲ ਰਿਹਾ, ਸੋ ਦੇਖ ਰਿਹਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਪ੍ਰੀਤ ਸਿੰਘ ਪ੍ਰਿੰਸ ਤੇ ਮੈਂ ਅੱਜ ਇਸ ਟਾਈਮ ਖੜਾ ਹਾਂ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ। ਤੁਸੀਂ ਦੇਖ ਸਕਦੇ ਕਿ ਅੱਜ ਬੰਦੀ ਛੋੜ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ। ਤੁਸੀਂ ਦੇਖ ਸਕਦੇ ਕਿ ਇਸ ਟਾਈਮ ਅਸਤਬਾਜੀ ਜਿਹੜੀ ਹੋਗੀ ਹੈ ਉਹ ਸਮਾਪਤ ਹੋ ਚੁੱਕੀ ਆ ਤੇ ਸੰਗਤ ਠਾਠਾ ਮਾਰਦਾ ਇਕੱਠ ਸੰਗਤ ਦਾ ਉਸ ਪਰਮਾਤਮਾ ਉਸ ਅਕਾਲ ਪੁਰਖ ਨੂੰ ਯਾਦ ਕਰਦੇ ਹੋਏ ਬਿਲਕੁਲ ਤੁਸੀਂ ਸਾਹਮਣੇ ਦੇਖ ਸਕਦੇ ਕਿ ਦਰਬਾਰ ਸਾਹਿਬ ਬਿਲਕੁਲ ਮੇਰੇ ਬਿਲਕੁਲ ਸਾਹਮਣੇ ਆ ਗਿਆ। ਪ੍ਰਕਰਮਾ ਦੇ ਬਿਲਕੁਲ ਸਾਹਮਣੇ ਕੈਮਰਾ ਇਸ ਟਾਈਮ ਚੱਲ ਰਿਹਾ ਵਾ। ਸੰਗਤ ਠਾਠਾ ਮਾਰਦਾ ਸੰਗਤ ਦਾ ਇਕੱਠ ਤੇ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਸਿੱਖ ਚੈਨਲ ਤੋਂ ਸਿੱਧਾ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਸਿੱਖ ਚੈਨਲ ਤੋਂ ਸਿੱਧਾ ਪ੍ਰਸਾਰਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵੱਲੋਂ। ਔਰ ਤੁਸੀਂ ਹੁਣੇ ਦੇਖਿਆ ਅਲੌਕਿਕ ਨਜ਼ਾਰਾ ਅਸ਼ਤਬਾਜੀ ਦਾ। ਸੋ ਕਹਿੰਦੇ ਨੇ ਕਿ ਦੀਵਾਲੀ ਜਿਹੜੀ ਅੰਮ੍ਰਿਤਸਰ ਦੀ ਦੇਖਣ ਵਾਲੀ ਹੁੰਦੀ ਹੈ। ਸੋ ਸਾਡੇ ਪਿੱਛੇ ਜਿਹੜੀ ਭੀੜ ਲੱਗੀ ਹੋਈ ਹੈ ਇੱਥੋਂ ਦੇ ਸਮੂਹ ਸੰਗਤਾਂ ਦੀ ਜੋ ਕਿ ਖਾਸ ਤੌਰ ਤੇ ਦੀਵਾਲੀ ਦੇ ਇਸ ਪਾਵਨ ਮੌਕੇ ਦੇ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਹੋਏ ਨੇ। ਸੋ ਇਹਨਾਂ ਕੋਲੋਂ ਜਾਣਦਿਆਂ ਇਹਨਾਂ ਦੇ ਵਿਚਾਰ ਕਿ ਇਹ ਦੀਵਾਲੀ ਦੇ ਉੱਤੇ ਇਸ ਪਾਵਨ ਦਿਨ ਦੇ ਮੌਕੇ ਦੇ ਉੱਤੇ ਇੱਥੇ ਹਰਿਮੰਦਰ ਸਾਹਿਬ ਵਿਖੇ ਪੁੱਜੇ ਹੋਏ ਨੇ। ਸੋ ਦੇਖਦੇ ਹਾਂ ਕਿੱਦਾਂ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ। ਸੋ ਅਸੀਂ ਗੱਲ ਕਰ ਰਹੇ ਹਾਂ ਗਿਆਨੀ ਰਵੇਲ ਸਿੰਘ ਜੀ ਦੇ ਨਾਲ। ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਸਭ ਤੋਂ ਪਹਿਲਾਂ ਤੁਹਾਨੂੰ ਦੀਵਾਲੀ ਦੇ ਖਾਸ ਇਸ ਪਾਵਨ ਮੌਕੇ ਦੇ ਉੱਤੇ ਲੱਖ ਲੱਖ ਵਧਾਈ ਹੋਵੇ ਜੀ। ਸੋ ਅੱਜ ਦੀ ਇਸ ਦੀਵਾਲੀ ਦੇ ਮੌਕੇ ਦੇ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਿਸ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਸੁਰੱਖਿਆ ਦੇ? ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰੂ ਭਾਰੀ ਅਰਜਨ ਕਾਇਆ ਪਲਟਕਾ ਮੂਰਤ ਹਰਗੋਬਿੰਦ ਸਵਾਰੀ। ਅੱਜ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਕਹਿ ਰਹੇ ਪਿਆਰੇ ਖਾਲਸਾ ਜੀਓ, ਅੱਜ ਜੋ ਬੰਦੀ ਛੋੜ ਦਿਵਸ ਹੈ ਜਿਹਨੂੰ ਆਪਾਂ ਦੀਵਾਲੀ ਕਰਕੇ ਵੀ ਪੁਕਾਰਦੇ ਹਾਂ, ਪਰ ਲੇਕਿਨ ਸਿੱਖਾਂ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਕੇ ਆਪ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜੇ ਤਾਂ ਸੰਗਤਾਂ ਨੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅੰਮ੍ਰਿਤਸਰ ਵਿਖੇ ਆਉਣ ਤੋਂ ਸਮੂਹ ਸੰਗਤਾਂ ਨੇ ਖੁਸ਼ੀ ਵਿੱਚ ਦੀਪਮਾਲਾ ਤੇ ਅਸਤਬਾਜੀ ਬੜੀ ਭਾਰੀ ਤਾਦਾਦ ਵਿੱਚ ਕੀਤੀ। ਔਰ ਅੱਜ ਵੀ ਸਾਨੂੰ ਲੋੜ ਹੈ, ਜਿਸ ਤਰ੍ਹਾਂ ਅੱਜ ਬੰਦੀ ਛੋੜ ਦਿਵਸ ਦੇ ਸੰਬੰਧ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਲੱਖਾਂ ਦੀ ਤਾਦਾਦ ਵਿੱਚ ਗੁਰੂ ਕੀਆਂ ਸੰਗਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਤੇ ਆ ਕੇ ਸਰੋਵਰ ਇਸ਼ਨਾਨ ਦੇ ਵਿੱਚ ਸਰੋਵਰ ਇਸ਼ਨਾਨ ਕਰਕੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀਆਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਦਾਸ ਵੱਲੋਂ ਸਮੁੱਚੇ ਸਿੱਖ ਪੰਥ ਨੂੰ ਇੱਕ ਬੇਨਤੀ ਹੈ ਕਿ ਜਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਨੇ 52 ਰਾਜਿਆਂ ਨੂੰ ਜੋ ਕਿ ਚਿਰਮ ਕਾਲ ਤੋਂ ਉਸ ਕਿਲ੍ਹੇ ਦੇ ਵਿੱਚ ਬੰਦੀ ਸਨ, ਜਿਨ੍ਹਾਂ ਨੂੰ ਰਿਹਾਅ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਬੰਦ ਖਲਾਸੀ ਦਵਾਈ ਹੈ। ਅੱਜ ਅਸੀਂ ਵੀ ਇੱਕ ਨਸ਼ਿਆਂ ਦੇ ਭਾਰੀ ਡੇਕਲੇ ਦੇ ਵਿੱਚ ਅਸੀਂ ਘਿਰੇ ਹੋਏ ਹਾਂ। ਸਾਡੀ ਨੌਜਵਾਨੀ ਪੀੜ੍ਹੀ ਜਿਹੜੀ ਆ ਉਹ ਪਤਪੁਣੇ ਵਿੱਚ ਘਿਰੀ ਹੋਈ ਹੈ ਜਾਂ ਦੂਸਰੇ ਨੰਬਰ 'ਤੇ ਨਸ਼ਿਆਂ ਵਿੱਚ ਘਿਰੀ ਹੋਈ ਹੈ। ਅੱਜ ਸਾਡੇ ਬੱਚੇ ਜਿਹੜੇ ਆ ਪਤਿਤ ਹੋ ਕੇ ਨਸ਼ਿਆਂ ਦੇ ਵਿੱਚ ਰੁਝਾਨ ਵਿੱਚ ਰੁੜੇ ਜਾ ਰਹੇ ਹਨ, ਔਰ ਸਾਰੇ ਹੀ ਇੱਕ ਹਿਸਾਬ ਦੇ ਨਸ਼ਿਆਂ ਵਿੱਚ ਅਤੇ ਆਪਣਾ ਨਸ਼ਿਆਂ ਵਿੱਚ ਅਤੇ ਪਤਪੁਣੇ ਵਿੱਚ ਦੇ ਕਿਲ੍ਹੇ ਵਿੱਚ ਬਿਲਕੁਲ ਬੰਦੀ ਹਨ। ਇਸ ਕਰਕੇ ਮੇਰੀ ਨੌਜਵਾਨ ਪੀੜ੍ਹੀ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਨੇ 52 ਰਾਜਿਆਂ ਨੂੰ ਕਿਲ੍ਹੇ ਵਿੱਚੋਂ ਰਿਹਾਅ ਕਰਾਇਆ, ਅੱਜ ਸਾਨੂੰ ਲੋੜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਜੀ ਦਾ ਪੱਲਾ ਫੜ ਕੇ ਇਸ ਪਤਪੁਣੇ ਵਿੱਚੋਂ ਨਸ਼ਿਆਂ ਦੇ ਵਹਿਣ ਵਿੱਚੋਂ ਨਿਕਲ ਕੇ ਇਸ ਕਿਲ੍ਹੇ ਵਿੱਚੋਂ ਛੁਟਕਾਰਾ ਪਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਿੱਤੀ ਹੋਈ ਸਿੱਖੀ ਨੂੰ ਅਪਣਾ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਕਿਉਂਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਖਾਲਸਾ ਬਣਾਇਆ। ਲੇਕਿਨ ਇੱਕ ਕਵੀ ਦੇ ਦੋ ਸਤਰਾਂ ਮੈਂ ਆਪ ਜੀ ਨੂੰ ਕਹਿ ਕੇ ਸਮਾਪਤੀ ਕਰਾਂਗਾ ਕਿ ਇੱਕ ਕਵੀ ਦੇ ਦੋ ਸਤਰਾਂ ਬੜੀਆਂ ਸੁੰਦਰ ਲਿਖੀਆਂ ਹੋਈਆਂ। ਉਹ ਕਹਿੰਦਾ ਕਿ ਸਾਡਾ ਜਨਮ ਜਿਹੜਾ ਉਹ ਕੇਵਲ ਤਾਂ ਕੇਵਲ ਇੱਕ ਤਿੱਖੀ ਤਲਵਾਰ ਵਿੱਚੋਂ ਹੋਇਆ, ਸਾਨੂੰ ਗੁਰਤੀ ਖੰਡ ਦੇ ਧਾਰ ਵਿੱਚੋਂ ਮਿਲੀ ਹੈ, ਸਾਨੂੰ ਜੋ ਸਰਦਾਰੀ ਮਿਲੀ ਹੈ, ਸਾਨੂੰ ਜੋ ਸਿੱਖੀ ਸਰੂਪ ਮਿਲਿਆ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਨਿਆਰਾ ਰੂਪ ਦਿੱਤਾ ਹੈ। ਉਹਦੀ ਦੋ ਸਤਰਾਂ ਇਸ ਤਰ੍ਹਾਂ ਉਹਨੇ ਲਿਖੀਆਂ ਹੋਈਆਂ। ਉਹ ਕਹਿੰਦਾ ਤਿੱਖੀ ਤਲਵਾਰ 'ਚੋਂ ਸਾਨੂੰ ਜਨਮ ਮਿਲਿਆ, ਗੁਰਤੀ ਮਿਲੀ ਹੈ ਖੰਡੇ ਦੀ ਧਾਰ ਵਿੱਚੋਂ, ਸਿੱਖੀ ਸਿਦਕ ਦੇ ਸੋਹਣੀ ਦਸਤਾਰ ਸਿਰ 'ਤੇ,
ਸਾਡਾ ਵੱਖਰਾ ਹੈ ਰੂਪ ਸੰਸਾਰ ਵਿੱਚੋਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਸਰਦਾਰ ਬਣਾਇਆ ਔਰ ਆਪਣੇ ਚਾਰ ਸਾਹਿਬਜ਼ਾਦੇ ਸਾਡੇ ਤੋਂ ਕੁਰਬਾਨ ਕੀਤੇ ਆ। ਭਾਵੇਂ ਉਦੋਂ ਸਾਹਿਬਜ਼ਾਦਿਆਂ ਤੋਂ ਬਾਅਦ ਮਾਤਾ ਜੀ ਨੇ ਪੁੱਛਿਆ ਕਿ ਪਤੀ ਜੀ ਹੇ ਗੁਰਦੇਵ ਸਤਿਗੁਰੂ ਜੀ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ, ਕਿੱਥੇ ਛੱਡ ਕੇ ਆਏ ਹੋ? ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਵੱਲ ਉਂਗਲ ਕਰਕੇ ਕਿਹਾ ਸੀ, ਇਸ਼ਾਰਾ ਕਰਕੇ ਕਿਹਾ ਕਿ ਇਹਨੂੰ ਪੁੱਤਰ ਕੇ ਸੀਸ ਪਰ ਵਾਰ ਦੀਆਂ ਸੁੱਤ ਚਾਰ ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ। ਸਾਨੂੰ ਉਹਨਾਂ ਨੇ ਆਪਣੇ ਪੁੱਤਰ ਬਣਾ ਕੇ ਆਪਣੇ ਪੁੱਤਰਾਂ ਨੂੰ ਨੀਹਾਂ ਵਿੱਚ ਵੀ ਚਣਵਾ ਲਿਆ, ਚਮਕੌਰ ਦੀ ਗੜੀ ਵਿੱਚ ਸ਼ਹੀਦ ਕਰਵਾ ਲਿਆ। ਅੱਜ ਸਾਨੂੰ ਸਾਡੇ ਸਿਰ ਤੇ ਨਾ ਕੋਈ ਰੰਬਾ ਖੋਪਰਾ ਲਵਾ ਰਿਹਾ, ਨਾ ਕੋਈ ਸਾਡੇ ਕੋਈ ਬੰਦ ਬੰਦ ਕੱਟ ਰਿਹਾ ਔਰ ਨਾ ਸਾਨੂੰ ਕੋਈ ਚਰਖੀ ਤੇ ਚਾੜ ਰਿਹਾ। ਲੇਕਿਨ ਅੱਜ ਤੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਿੱਤੇ ਸੰਦੇਸ਼ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰਕੇ ਕੇਵਲ ਸਿੱਖੀ ਸਰੂਪ ਵਿੱਚ ਆ ਕੇ ਦੌੜਾ ਕੇਸ ਸਾਬਤ ਰੱਖ ਕੇ ਖੰਡੇ ਬਾੜੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਦੀ ਲੋੜ ਹੈ। ਨਾ ਸਾਨੂੰ ਕੋਈ ਬੰਦ ਬੰਦ ਕਟਾਉਣ ਦੀ ਲੋੜ ਹੈ, ਨਾ ਸਾਨੂੰ ਕੋਈ ਚਰਖੀ ਤੇ ਚੜ੍ਹਨ ਦੀ ਲੋੜ ਹੈ। ਕੇਵਲ ਤਾਂ ਕੇਵਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਿੱਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਦੀ ਲੋੜ ਹੈ। ਅੱਜ ਦੀਵਾਲੀ ਦੇ ਸ਼ੁਭ ਮੁਬਾਰਕ ਤੇ ਬੰਦੀ ਛੋੜ ਦਾਤਾ ਦੇ ਇਸ ਮਹਾਨ ਦਿਵਸ ਤੇ ਦਾਸ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਬਾਣੀ ਤੇ ਬਾਣੀ ਨਾਲ ਜੋੜ ਲਈਏ, ਤਾਂ ਇਹ ਦੀਵਾਲੀ ਦਾ ਤਿਉਹਾਰ ਮਨਾਇਆ ਹੋਇਆ ਬੰਦੀ ਛੋੜ ਦਿਵਸ ਸਾਡੇ ਵਾਸਤੇ ਬਹੁਤ ਲਾਹੇਵੰਦ ਹੋਵੇਗਾ। ਸਤਿਗੁਰੂ ਮਹਾਨ ਕਿਰਪਾ ਕਰੇਗਾ ਕਿ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਿੱਤੇ ਹੋਏ ਸੰਦੇਸ਼ ਤੇ ਆਪਣਾ ਜੀਵਨ ਢਾਲ ਕੇ ਆਪਣਾ ਜੀਵਨ ਸਫਲ ਬਣਾ ਸਕੀਏ। ਇੰਨੀਆਂ ਬੇਨਤੀਆਂ ਕਰਦਾ ਹੋਇਆ ਆਪ ਸਭ ਨੂੰ ਇਸ ਬੰਦੀ ਛੋੜ ਦਿਵਸ ਤੇ ਲੱਖ ਲੱਖ ਵਧਾਈ, ਲੱਖ ਲੱਖ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਰਵੇਲ ਸਿੰਘ ਜੀ, ਜਿਨ੍ਹਾਂ ਨੇ ਦੀਵਾਲੀ ਦੇ ਪਾਵਨ ਮੌਕੇ ਦੇ ਉੱਤੇ ਆਪਣੇ ਸਾਂਝੇ ਜਿਹੜੇ ਵਿਚਾਰ ਕੀਤੇ ਨੇ ਸਾਡੇ ਨਾਲ। ਸੋ ਇਸ ਪਾਵਨ ਦੀਵਾਲੀ ਦੇ ਮੌਕੇ ਦੇ ਉੱਤੇ ਅਸੀਂ ਸਿੱਧਾ ਪ੍ਰਸਾਰਣ ਸਿੱਖ ਚੈਨਲ ਦੇ ਵੱਲੋਂ ਪ੍ਰਸਾਰਿਤ ਕਰ ਰਹੇ ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ।